ਪਟਿਆਲਾ ਦੀ ਕੁੜੀ ਵੱਲੋਂ ਦੁਬਈ ਵਿੱਚ ਜਿੱਤਿਆ ਬਾਕਸਿੰਗ ਵਿੱਚ ਸਿਲਵਰ ਮੈਡਲ। ਸਰਬੱਤ ਦਾ ਭਰਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸਰਦਾਰ ਐਸਪੀ ਸਿੰਘ ਓਬਰਾਏ ਵੱਲੋਂ ਬਾਕਸਿੰਗ ਵਿੱਚ ਸਿਲਵਰ ਮੈਡਲ ਜੇਤੂ ਤਾਨਿਸ਼ਵੀਰ ਦਾ ਕੀਤਾ ਗਿਆ ਸਨਮਾਨ। ਇਸ ਮੌਕੇ ਤੇ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ਸੰਤੋਸ਼ ਕੁਮਾਰ ਦੱਤਾ, ਜੁਆਇੰਟ ਅਤੇ ਅਨੁਦੀਪ ਬਾਕਸਿੰਗ ਕੋਚ ਸਨੌਰ, ਤਾਨੀਸ਼ਵੀਰ ਕੌਰ ਸੰਧੂ, ਪਰਮਿੰਦਰ ਸਿੰਘ ਇੰਟਰਨੈਸ਼ਨਲ ਬਾਕਸਰ, ਮਨੀ ਰਾਜਪੂਤ, ਤੇਜਵੀਰ ਸਿੰਘ ਸੰਧੂ, ਤਾਨੀਸ਼ ਦੇ ਪਿਤਾ ਆਦਿ ਮੌਜੂਦ ਰਹੇ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪਟਿਆਲਾ ਦੀ ਵਸਨੀਕ ਜਿਹੜੀ ਤਨਿਸ਼ਵੀਰ ਲੜਕੀ ਜਿਹੜੀ ਕਿ ਸਨੋਰ ਅਕੈਡਮੀ ਵਿੱਚ ਜਿਹੜੀ ਟ੍ਰੇਨਿੰਗ ਲੈ ਰਹੀ ਹੈ ਅਤੇ ਕੋਚਿੰਗ ਲੈ ਰਹੀ ਹੈ। ਸੋ ਲਾਸਟ ਈਅਰ 2019 ਵਿੱਚ ਉਹਨੇ ਜਿਹੜੀ ਯੂਨੀਅਰ ਬਾਕਸਿੰਗ ਚੈਂਪੀਅਨਸ਼ਿਪ ਸੀਗੀ ਜਿਹੜੀ ਕਿ ਫੁਜੇਰਾ ਯੂਏਈ 'ਚ ਹੋਈ ਸੀ, ਉੱਥੇ ਇਹਨੇ ਗੋਲਡ ਮੈਡਲ ਲਿਆ ਸੀ। ਉਸ ਤੋਂ ਬਾਅਦ 2021 ਵਿੱਚ ਜਿਹੜਾ ਫਿਰ ਇਹਨੇ ਸੋਨੀਪਤ ਜਿਹੜੇ ਯੂਥ ਟੂਰਨਾਮੈਂਟ ਹੋਏ ਸੀ ਜਿਹੜੇ ਇਹਦੇ ਬਾਕਸਿੰਗ ਦੇ, ਉਹਨਾਂ ਵਿੱਚ ਵੀ ਇਸ ਲੜਕੀ ਨੇ ਗੋਲਡ ਮੈਡਲ ਲੈ ਕੇ ਆਈ ਸੀ। ਅਤੇ ਅਗਸਤ ਮਹੀਨੇ ਵਿੱਚ ਦੁਬਈ 'ਚ ਇੱਕ ਟੂਰਨਾਮੈਂਟ ਜਿਹੜੇ ਹੋਏ ਨੇ ਉਹ ਵੀ ਯੂਥ ਏਸ਼ੀਅਨ ਬਾਕਸਿੰਗ ਜਿਹੜੀ ਚੈਂਪੀਅਨਸ਼ਿਪ ਸੀਗੀ ਉਹਦੇ ਵਿੱਚ ਇਹਨੇ ਇਹਨੂੰ ਸਿਲਵਰ ਮੈਡਲ ਮਿਲਿਆ, ਜਿਹੜੇ ਕਿ ਅੱਜ ਲੈ ਕੇ ਬੜੀ ਸਾਡੇ ਕੋਲ ਆਈ ਇੱਥੇ ਔਫਿਸ 'ਚ ਆਈ ਸੀ। ਔਰ ਨਾਲ ਦੇ ਨਾਲ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿੱਥੇ ਵੀ ਸਾਡੇ ਹੁਣ ਪਿੱਛੇ ਖਿਲਾੜੀ ਜਿਹੜੇ ਅਵਾਰਡ ਲੈ ਕੇ ਆਏ, ਜਿਹੜੇ ਕਿ ਸਿਲਵਰ ਜਾਂ ਗੋਲਡ ਜਾਂ ਤੁਹਾਡੇ ਬ੍ਰੌਂਜ਼ ਮੈਡਲ ਲੈ ਕੇ ਆਏ ਰਹੇ ਨੇ, ਉਹਨਾਂ ਦੀ ਅਸੀਂ ਸਰਬੱਤ ਦੇ ਭਲੇ ਵੱਲੋਂ ਇੱਕ ਸਕੀਮ ਸ਼ੁਰੂ ਕੀਤੀ ਹੈ ਕਿ ਇਹਨਾਂ ਨੂੰ ਜਿਹੜੀ ਇਹਨਾਂ ਦੀ ਡਾਇਟ ਦਾ ਖਿਆਲ ਰੱਖਿਆ ਜਾਵੇ। ਵੈਸੇ ਤਾਂ ਗੌਰਮੈਂਟ ਕਾਫੀ ਸਪੋਰਟ ਕਰ ਰਹੀ ਹੈ ਉਹਨਾਂ ਨੂੰ, ਬਟ ਈਵਨ ਦੈਨ ਅਸੀਂ ਮੰਥਲੀ ਬੇਸ ਦੇ ਉੱਤੇ ਇਹਨਾਂ ਦੀ ਜਿਹੜੀ ਉਹ ਲਾਈ ਹੈ। 40 ਬੱਚੇ ਸੀ ਜਿਹੜੇ ਉੱਥੇ ਚੰਡੀਗੜ੍ਹ 'ਚ, ਉਹਨਾਂ ਨੂੰ ਅਸੀਂ ਫਾਰਮ ਦਿੱਤੇ ਨੇ, ਫਾਰਮ ਭਰ ਕੇ ਸਾਨੂੰ ਦੇਣਗੇ ਅਤੇ ਉਹਦੇ ਮੁਤਾਬਕ ਅਸੀਂ ਦੇਖ ਕੇ ਵੀ ਕਿੰਨੇ ਕਿੰਨੇ ਪੈਸੇ ਉਹਨੂੰ ਮੰਥਲੀ ਲਾਉਣੇ ਆ। ਸੋ ਉਹ ਅਸੀਂ ਲਾਵਾਂਗੇ ਅਤੇ ਇੱਥੇ ਤਨਿਸ਼ ਨੂੰ ਵੀ ਅੱਜ ਅਸੀਂ ਇੱਕ ਫਾਰਮ ਦੇਤਾ, ਇਹ ਵੀ ਫਿਲ ਕਰਕੇ ਦੇਗੀ ਅਤੇ ਤਾਂ ਜੋ ਅਸੀਂ ਇਹਦੀ ਵੀ ਡਾਇਟ ਦਾ ਅਸੀਂ ਖਿਆਲ ਰੱਖੀਏ ਅਤੇ ਕੁਛ ਅਮਾਊਂਟ ਅਸੀਂ ਫਿਕਸ ਕਰ ਦਾਂਗੇ। ਦੂਸਰਾ ਜਿਹੜਾ ਇਹ ਸਨੋਰ ਦੇ ਵਿੱਚ ਜਿਹੜਾ ਬਾਕਸਿੰਗ ਇਹਨਾਂ ਨੇ ਸ਼ੈੱਡ ਬਣਾ ਲਿਆ ਹੋਇਆ, ਤਕਰੀਬਨ 50-55 ਬੱਚੇ ਨੇ ਜਿਹੜੇ ਕਿ ਉੱਥੇ ਇਸਲੇ ਕੋਚਿੰਗ ਲੈ ਰਹੇ ਨੇ, ਅਤੇ ਇਹਨਾਂ ਦੀ ਰਿਕੁਐਸਟ ਉੱਤੇ ਕੋਚ ਸਾਹਿਬ ਆਏ ਸੀ ਜਾਂ ਹੋਰ ਸਾਰਾ ਮੈਂਬਰ ਸਾਹਿਬਾਨ ਇੱਥੇ ਆਏ ਸੀ। ਸੋ ਇਹਨਾਂ ਨੂੰ ਬਾਕਸਿੰਗ ਰਿੰਗ ਦੀ ਜਿਹੜੀ ਬਹੁਤ ਜ਼ਰੂਰਤ ਹੈ। ਸੋ ਟਰੱਸਟ ਵੱਲੋਂ ਅੱਜ ਮੈਂ ਅਨਾਊਂਸ ਕੀਤਾ ਕਿ ਅਸੀਂ ਇਹਨਾਂ ਨੂੰ ਉੱਥੇ ਬਹੁਤ ਜਲਦੀ ਹੀ ਬਾਕਸਿੰਗ ਰਿੰਗ ਜਿਹੜਾ ਉਹ ਬਣਾ ਕੇ ਦਿਆਂਗੇ, ਜਿਹਦੇ ਨਾਲ ਕਿ ਬੱਚੇ ਉੱਥੇ ਪੂਰੀ ਟ੍ਰੇਨਿੰਗ ਅੱਛੀ ਤਰ੍ਹਾਂ ਲੈ ਕੇ ਅਤੇ ਸਾਡੇ ਵਾਸਤੇ ਚਾਹੇ ਉਹ ਗੋਲਡ ਮੈਡਲ ਨੇ, ਚਾਹੇ ਸਿਲਵਰ ਨੇ, ਚਾਹੇ ਬ੍ਰੌਂਜ਼ ਮੈਡਲ ਨੇ ਕੋਈ ਵੀ, ਸੋ ਇਹ ਮੈਡਲ ਲੈ ਕੇ ਆਉਣਗੇ। ਇਹਦੇ ਨਾਲ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਏਗੀ।